妈妈是一个老人，在家里，嗯，我们那个人家，嗯，我们家里人不喜欢这个，嗯，而且我们这个老人不让你玩电脑玩那个，嗯，我们这个人干啥的，嗯。ਮਸਲਾ ਜੇ ਮੇਰੇ ਮੁੰਡੇ ਨਾਲ ਉਹਨੇ ਘਰ ਸੱਦ ਕੇ ਕੁੜੀ ਨੇ ਫੋਨ ਕੀਤਾ ਮੇਰੇ ਮੁੰਡੇ ਨੇ ਘਰ ਸੱਦ ਕੇ ਉਹਨਾਂ ਨੇ ਧੱਕਾ ਕੀਤਾ ਉਹ ਕੁੜੀ ਦੇ ਮਾਂ ਪਿਓ ਨੇ ਘਰੇ ਸੱਦ ਕੇ ਦਵਾਈ ਪਿਆਈ ਹੋਈ ਫਿਰੋਜ਼ਪੁਰ ਦੇ ਪਿੰਡ ਸਾਬੂਆਣਾ ਵਿਖੇ ਇੱਕ 15 ਸਾਲ ਦੇ ਨਾਬਾਲਗ ਲੜਕੇ ਨੂੰ ਧੱਕੇ ਨਾਲ ਜ਼ਹਿਰ ਪਿਆ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਮ੍ਰਿਤਕ ਲੜਕੇ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪਿੰਡ ਦੀ ਹੀ ਕੁੜੀ ਵੱਲੋਂ ਲੜਕੇ ਨੂੰ ਫੋਨ